ਤੁਸੀਂ ਵੇਖ ਰਹੇ ਹੋ ਛਨਕਾਟਾ ਟੀਵੀ ਨਿਊਜ਼। ਛਨਕਾਟਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਜ 17 ਫੈਬਿਆ ਤੇ ਅੱਜ ਜਿਹੜੀਆਂ ਸ਼ਹਿਰੀ ਚੋਣਾਂ ਦਾ ਜਿਹੜਾ ਅੱਜ ਜਿਹੜਾ ਹੈਗਾ ਆ ਫੈਸਲਾ ਅੱਜ ਆਉਣਾ ਸੀ ਜੋ ਕਿ ਅੱਜ ਫੈਸਲਾ ਆ ਚੁੱਕਾ। ਨੂਰਮਹਿਲ ਦਾ ਜਿਹੜਾ ਕਿ ਫੈਸਲਾ ਆ ਇਹਦੇ ਵਿੱਚੋਂ ਲਗਭਗ 6 ਸੀਟਾਂ ਤੇ ਕਾਂਗਰਸ ਨੇ ਆਪਣੀ ਬਾਜ਼ੀ ਮਾਰੀ ਹੈ ਜੀ। ਤੇ ਤੁਹਾਨੂੰ ਅਸੀਂ ਇੱਕ ਥੋੜੀ ਜਿਹੀ ਜਾਣਕਾਰੀ ਦੇ ਦਿੰਦੇ ਹਾਂ ਵੀ ਕਿਹੜੇ ਕਿਹੜੇ ਵਾਰਡ ਦੇ ਵਿੱਚੋਂ ਕੌਣ ਕੌਣ ਉਮੀਦਵਾਰ ਜਿੱਤੇ ਆ। ਬਬਲੀ ਸੋਨ ਦੀ ਵਾਰਡ ਨੰਬਰ 1 ਦੇ ਵਿੱਚੋਂ ਜੇਤੂ ਰਹੇ ਨੇ, ਪੱਪੀ ਮੈਨ ਵਾਰਡ ਨੰਬਰ 2, ਦੀਪੂ ਵਾਰਡ ਨੰਬਰ 3, ਜੰਗ ਬਹਾਦਰ ਕੋਹਲੀ ਵਾਰਡ ਨੰਬਰ 4 ਦੇ ਵਿੱਚੋਂ ਤੇ ਮਮਤਾ ਜੱਸਲ ਵਾਰਡ ਨੰਬਰ 5, ਹਰਦੀਪ ਕੌਰ ਜੌਲ ਵਾਰਡ ਨੰਬਰ 7, ਰਾਜੀਵ ਮਸਰ ਨੰਦ ਕਿਸ਼ੋਰ ਵਾਰਡ ਨੰਬਰ 8, ਸੁਮਨ ਕੁਮਾਰੀ ਵਾਰਡ ਨੰਬਰ 9, ਰਾਜੀਵ ਮਿਸਰ ਵਾਰਡ ਨੰਬਰ 10, ਅਤੇ ਸੁਮਲ ਸੇਖੜੀ ਵਾਰਡ ਨੰਬਰ 11, ਕ੍ਰਿਸ਼ਨਾ ਦੇਵੀ ਵਾਰਡ ਨੰਬਰ 12 ਅਤੇ ਵਿਲਾਇਤੀ ਰਾਮ ਵਾਰਡ ਨੰਬਰ 13 ਦੇ ਵਿੱਚੋਂ ਇਹ ਜੇਤੂ ਰਹੇ ਨੇ। ਅਤੇ ਲਗਭਗ ਇਹਨਾਂ ਵਿੱਚੋਂ BSP ਆਪਣੇ 3 ਜਗ੍ਹਾ 'ਤੇ ਸੀਟਾਂ ਨੂੰ ਆਪਣਾ ਜਿੱਤਣ ਦੇ ਵਿੱਚ ਕਾਮਯਾਬ ਹੋਈ ਆ। ਉੱਧਰ ਕਾਂਗਰਸ 6 ਸੀਟਾਂ 'ਤੇ, ਅਕਾਲੀ ਦਲ 1 ਅਤੇ ਅਦਰ BJP ਨੂੰ ਵੀ 1 ਸੀਟ ਮਿਲੀ ਅਤੇ ਲਗਭਗ ਬਾਕੀ 3 ਅਦਰ ਦੇ ਵਿੱਚ ਦੇ ਖਾਤੇ ਵੀ ਗਈਆਂ ਨੇ। ਅਤੇ ਜੋ ਕਿ ਜਿਵੇਂ ਕਿ ਇੱਕ ਕਿਆਸੇ ਲਗਾਏ ਜਾ ਰਹੇ ਸੀ ਕਿ ਕੁਛ ਕਈ ਉਮੀਦਵਾਰਾਂ ਦੇ ਨਵੇਂ ਚਿਹਰੇ ਵੀ ਸਾਹਮਣੇ ਆਉਣਗੇ, ਜਿਨ੍ਹਾਂ ਵਿੱਚੋਂ ਕੁਛ ਉਮੀਦਵਾਰ ਨਵੇਂ ਚਿਹਰੇ ਵੀ ਯੰਗ ਲੋਕ ਵੀ ਸਾਹਮਣੇ ਆਏ ਨੇ। ਅਤੇ ਹੁਣ ਦੇਖਣਾ ਇਹ ਵਧੀਆ ਹੋਏਗਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਨੂਰਮਹਿਲ ਦੀ ਜਿਹੜੀ ਬਾਗਡੋਰਾ ਕਿਹਨਾਂ ਦੇ ਹੱਥ ਵਿੱਚ ਜਾਂਦੀ ਹੈ ਅਤੇ ਕਿਹੜੇ ਲੋਕ ਹੁਣ ਉਹਨਾਂ ਨੂੰ ਸੰਭਾਲ ਕੇ ਕਿੰਨਾ ਕੁ ਵਧੀਆ ਵਿਕਾਸ ਕਾਰਜਾਂ ਵਿੱਚ ਲੈ ਕੇ ਜਾਂਦੇ ਆ। ਤੁਸੀਂ ਬਣੇ ਰਹੋ ਛਨਕਾਟਾ ਟੀਵੀ ਨਾਲ। ਧੰਨਵਾਦ। ਤੁਸੀਂ ਵੇਖ ਰਹੇ ਹੋ ਛਨਕਾਟਾ ਟੀਵੀ ਨਿਊਜ਼।